ਲੋ ਜੀ ਹੁਣ ਆਪਾਂ ਪਹੁੰਚ ਗਏ ਆ ਨਵੀਂ ਗੱਡੀ ਲੈਣ ਵਾਸਤੇ ਕਿਉਂਕਿ ਪੁਰਾਣੀ ਆਪਣੀ ਹੀ ਵੇਚੀ ਤੇ ਆ ਲੋਕ ਨਹੀਂ ਜੇ ਮੈਂ ਖੁੱਲਣ ਡਿਆ ਖੁੱਲ ਗਿਆ ਇਹ ਕਿਸੇ ਦੀ ਗੱਡੀ ਲੈ ਕੇ ਆਏ ਆ ਜੇ ਭੀਤ ਨਹੀਂ ਹੈਗਾ ਨਾ ਇੱਧਰ ਪ੍ਰਭ ਸਾਰਿਆਂ ਨੇ ਗੁੱਸੇ ਪ੍ਰਭ ਗੱਡੀ ਵੇਚੀ ਤੇ ਗੁੱਸੇ ਸਾਰਿਆਂ ਨੇ ਉਹਨਾਂ ਨੇ ਮੰਗਾਈ ਸਾਡੀ ਹੋਈ ਮੰਮੀ ਨੂੰ ਕਿਉਂਕਿ ਚਾਬੀ ਮੰਮੀ ਨੂੰ ਫੜਾਉਣੀ ਆ ਤੇ ਉੱਧਰ ਪ੍ਰਭ ਵੀ ਹੋਣ ਡਿਆ ਰੈਡੀ ਰੈਡੀ ਥਾਰ ਲੈ ਲਈਏ ਥਾਰ ਲੈਣ ਨੂੰ ਲੈ ਸਕਦੇ ਪਰ ਇਹਦੀ ਟਿੱਕੀ ਨਹੀਂ ਹੁੰਦੀ ਇਸ ਕਰਕੇ ਥਾਰ ਕੈਂਸਲ ਕਰਤੀ ਟਿੱਕੀ ਕਰਕੇ ਪਰ ਮੈਨੂੰ ਕਨਫਰਮ ਵੀ ਨਹੀਂ ਹੈਗਾ ਵੀ ਹੁੰਦੀ ਆ ਕਿ ਨਹੀਂ ਹੁੰਦੀ ਹੈ ਮਹਾਰਾਜ ਨਵੀਂ ਗੱਡੀ ਵਾਲੇ ਚੂਕ ਕਰੀਏ ਕਿ ਜੇ ਪੁਰਾਣੀ ਨਹੀਂ ਬੰਦ ਹੋਣੀ ਉਹ ਹੁੰਦੀ ਆ ਪਤਾ ਨਹੀਂ ਇਹਦਾ ਸਾਨੂੰ ਭੇਤ ਨਹੀਂ ਹੈਗਾ ਪਤਾ ਨਹੀਂ ਕਿੱਦਾਂ ਬੰਦ ਹੋਣੀ ਹੈ ਹੋਈ ਕਿ ਨਹੀਂ ਹੁੰਦੀ ਸਰ ਗਲਤ ਬੜੀ ਜਾਣ ਡੇ ਜੇ ਉੱਧਰ ਹੁੰਦੀ ਨਹੀਂ ਇੱਧਰ ਹੁੰਦੀ ਥਾਰ ਨਹੀਂ ਲੈਣੀ ਇਹਦੀ ਡਿੱਗੀ ਨਹੀਂ ਹੁੰਦੀ ਡਿੱਗੀ ਨਹੀਂ ਹੁੰਦੀ ਪੱਕੋ ਡਿੱਗੀ ਨਹੀਂ ਹੁੰਦੀ ਇਹਦੀ ਇਹ ਨਹੀਂ ਲੈਣੀ ਚਲੋ ਵੀ ਅੰਦਰ ਚੱਲੇ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੇ ਵਧੀਆ ਵਧੀਆ ਗੱਡੀ ਮਿਲ ਜੇ ਲੱਗੇ ਗੱਡੀ ਵਿਖਾਉਣ ਸਾਨੂੰ ਇੱਕ ਵਧੀਆ ਮੈਂ ਆ ਵੀ ਪਹਿਲਾਂ ਆ ਕੇ ਮੈਂ ਆਹੀ ਵੇਖੀ ਚੀਜ਼ ਪੁੱਛ ਲਓ ਇੱਕ ਵਾਰੀ ਜਲੰਧਰ ਬਰਗਰ ਖਵਾਉਣ ਤੇ ਡਏ ਆ ਤੇ ਸਿੰਘ ਬਸ ਵਿੱਚ ਕੋਈ ਬਰਗਰ ਕੀ ਜਾਣੀ ਹੋ ਜਾਊਗਾ ਅਪਰੂਵ ਨਹੀਂ ਤੇ ਫਿਰ ਭਾਜੀ ਨੇ ਨਹੀਂ ਅਪਰੂਵ ਹੋ ਜਾਣਾ ਉਹਨੇ ਕਿਹਾ ਤਾਂ ਮੈਨੂੰ ਇਹਦਾ ਮੈਂ ਤਾਂ ਰਿਵਿਊ ਲਿਆ ਇੱਕ ਵਾਰੀ ਸੁਣਾ ਮੈਂ ਹਾਂ ਹੁਣ ਭਾਜੀ ਹੁਣ ਅਸੀਂ ਮੰਗਾ ਲਏ ਬਰਗਰ ਅੱਛਾ ਦੋ ਡੱਬੇ ਹੋਰ ਹੀ ਹੈਗੇ ਮੈਂ ਕਹਿੰਦੀ ਦੋਵਾਂ 'ਚ ਵੀ ਇੱਕ ਇੱਕ ਬਰਗਰ ਰੱਖਿਆ ਚਲੋ ਆ ਤੇ ਖਾਈਏ ਲੋਨ ਦਾ ਤਾਂ ਪਤਾ ਨਹੀਂ ਬਰਗਰ ਤੇ ਖਾਈਏ ਬਰਗਰ ਨਹੀਂ ਹੈ ਨਹੀਂ ਚਾਪੜ ਜੀ ਮੱਛੀ ਕੀ ਹੁੰਦਾ ਮੱਛੀ ਕੀ ਹੁੰਦਾ ਵਧੀਆ ਰੋਟੀ ਪ੍ਰਭ ਨੇ ਤੇ ਫਟਾਫਟ ਫੱਟੇ ਚੱਕਤੇ ਚੱਲ ਖਾਓ ਸਹੀ ਖਾਓ ਭਾਈ ਗੱਡੀ ਇੱਧਰ ਸਾਡੇ ਚੱਲਣ ਡੇ ਬਰਗਰ ਵੇਖੋ ਕੀ ਬਣਦਾ ਨੈਕਸਟ ਪਾਣੀ ਆਉਣ ਡਿਆ ਹੁਣ ਅਸੀਂ ਥਾਰ ਵੇਖਣ ਆ ਗਏ ਗੱਡੀ ਬਾਹਰ ਕੱਢ ਲਈ ਹੁਣ ਸਾਰੀ ਗੱਡੀ ਚੰਗੀ ਤਰ੍ਹਾਂ ਵੇਖਣ ਲੱਗੇ ਇੱਕ ਵਾਰੀ ਚੈੱਕ ਕਰਨ ਲੱਗੇ ਪ੍ਰਭ ਤੇ ਭਾਜੀ ਚੈੱਕ ਕੀਤੀ ਕੰਧ ਨਾ ਲੱਗੀ ਗਈ ਇੱਧਰੋਂ ਚੈੱਕ ਕਰਨ ਵਾਲੀ ਰਹਿ ਗਈ ਚੰਗੀ ਤਰ੍ਹਾਂ ਚੈੱਕ ਚੁੱਕ ਕਰ ਲਓ ਸਾਰੀ ਬਾਅਦ ਨਾ ਘਰ ਜਾ ਕੇ ਗਿਓ ਪ੍ਰਭ ਘਰ ਜਾ ਕੇ ਨਾ ਕਿ ਉਹ ਸੋਹਣੀ ਨਹੀਂ ਆ ਹੁਣ ਇਹ ਵੇਖ ਲਓ ਸਾਰੀ ਓ ਸੋਰੀ ਖੋਲ ਲਓ ਬਾਰੀ ਖੋਲ ਲਓ ਕੀ ਹੁਣ ਵਿੱਚ ਬਹਿਣ ਲੱਗੇ ਹੁਣ ਗਏ ਆ ਟੈਸਟ ਡਰਾਈਵ ਲੈਣ ਅਸੀਂ ਇੱਥੇ ਬੈਠੇ ਮੈਂ ਤੇ ਮੰਮੀ ਵੇਟ ਕਰ ਰਹੇ ਨੇ ਉਹ ਵੀ ਸਾਨੂੰ ਕੁਛ ਪਤਾ ਨਹੀਂ ਨਾ ਗੱਡੀਆਂ ਬਾਰੇ ਸਾਗਰ ਦੀ ਵਹੁਟੀ ਨੇ ਸਿੱਖ ਲਈ ਸੀ ਨਾ ਕੋਈ ਨਹੀਂ ਮੈਂ ਵੀ ਸਿੱਖ ਲੈਣੀ ਵੇਖਿਓ ਫਿਰ ਕੇ ਉਹ ਪ੍ਰਭ ਦੀ ਵਹੁਟੀ ਲੈਂਦੀ ਕਰੇਟਾ ਚਲਾ ਜਿੰਨਾ ਰੇਟ ਵਧੀਆ ਮਤਲਬ ਵਧੀਆ ਚੱਲੀ ਨਾ ਸਮੂਦ ਹਜੇ ਵੇਖਣਾ ਹੈ ਚਲੋ ਵੇਖ ਕੋਈ ਤਾਂ ਜੋ ਹੈ ਹਾਂਜੀ ਤੇ ਉਦਣ ਆਪਣੇ ਕੋਲ ਕੰਮ ਥੋੜ੍ਹਾ ਜਿਹਾ ਰਹਿ ਗਿਆ ਸੀ ਤੇ ਅੱਜ ਹੀ ਫਿਰ ਆ ਗਿਆ ਅਗਲੇ ਦਿਨ ਕਿਉਂਕਿ ਉਦਣ ਥੋੜ੍ਹਾ ਜਿਹੀ ਹੋਰ ਹੈਗੀ
ਤਿਆਰੀ ਆ ਹੁਣ ਵੇਖਦੇ ਆ ਤੁਹਾਨੂੰ ਦਿਖਾਉਂਦੇ ਆਪਾਂ ਕਿਹੜੀ ਲਈਏ ਗੱਡੀ ਠੀਕ ਆ ਅਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬਸ ਜਲਦੀ ਆ ਪਰਦਾ ਚੁੱਕਿਆ ਜਾਣਾ कोई गल नी लग गया ना लो भी आ गया हाडा केक चलो भी हुण बटाला रोड वाली वेड़के वाली रोड आ तो सतगुरु मोटर अपना पेट्रोल पंप के बिल्कुल सामने है इंडियन ऑयल का पंप मतलब जे तुम गुरदासपुर वाली साइड तो आओगे तो तुम वेड़का बाईपास जिन्हें तो कह रहा ग्लोबल कॉलेज 1 किलोमीटर ਉਤੋਂ ਅੱਗੇ ਸਿੱਧਾ ਹੀ ਅੰਮ੍ਰਿਤਸਰ ਰੋਡ ਆ ਜਿਹੜਾ ਵਿਚਕਾਰਲਾ ਜਿਹੜਾ ਬਾਜ਼ਾਰ ਨੂੰ ਚੱਲ ਜਾਂਦਾ ਵੇਖ ਕੇ ਨੂੰ ਉੱਥੇ ਹੀ ਹੈਗਾ ਸਤਗੁਰੂ ਤੁਸੀਂ ਲੋਕੇਸ਼ਨ ਲਾ ਲਿਆ ਤੁਹਾਨੂੰ ਆਪ ਹੀ ਸਰਚ ਸਾਰਾ ਪਤਾ ਲੱਗ ਜਾਣਾ
ਗੱਡੀ ਆਪਣੀ ਨਿਕਲ ਗਈ ਬਾਹਰ ਹੁਣ ਮਾਰਾ ਸੁੱਖ ਰੱਖੇ ਬਸ ਲਓ ਵੀ ਉਹ ਚੱਲ ਗਈ ਆਪਣੀ ਗੱਡੀ ਤੇ ਆਪਾਂ ਜੀ ਚਾਹੇ ਹਾਂ ਉਹਦੇ ਵਿੱਚ ਚੱਲੇ ਹਾਂ ਹੁਣ ਉਹ ਆਪਣੀ ਜਾਂਦੀ ਹੈ ਉਹ ਵੇਖ ਲੈ ਰਾਣੀ ਲੈ ਕੇ ਪਹੁੰਚਾ ਕੇ ਠੀਕ ਹੈ ਭਾਈ ਓਕੇ ਚਲੋ ਠੀਕ ਹੈ ਬਾਏ ਬਾਏ ਸਾਰਿਆਂ ਨੂੰ ਤੇ ਇੱਧਰ ਆਪਾਂ ਹੁਣ ਚੱਲੇ ਹਾਂ ਮਹਾਰਾਜ ਦੀ ਕਿਰਪਾ ਨਾਲ ਤੇ ਮਹਾਰਾਜ ਸੁੱਖ ਰੱਖੇ ਸੱਚ ਪਾਤਸ਼ਾਹ ਹੌਲੀ ਹੌਲੀ ਤੁਰੇ ਜਾਂਦੇ ਹੁਣ ਰਾਤ ਬੜੀ ਹੋ ਗਈ 10 ਵਜ ਗਏ ਸਾਨੂੰ ਇੱਥੇ ਫਾਰਮੈਲਿਟੀਜ਼ ਹੀ ਕਰ ਦਿੰਦਾ 10 ਵਜ ਮੈਂ ਤਾਂ ਕਿਹਾ ਕਿ ਟਾਈਮ ਕਿਹੜਾ ਗਲਤ ਦੱਸਿਆ ਉਹਨਾਂ ਨੇ ਬੜਾ ਟਾਈਮ ਤੇ ਸ਼ਾਮੀ ਦਾ ਹੀ ਨਾ ਹਾਂ ਸ਼ਾਮੀ ਦਾ ਟਾਈਮ ਹੀ ਪਰ ਗਲਤ ਲੋ ਵੀ ਆਪਾਂ ਪਹੁੰਚ ਗਏ ਘਰ ਮੰਮੀ ਨੇ ਗੇਟ ਖੋਲਤਾ ਲਗਭਗ ਵਜ ਗਿਆ ਰਾਤ ਦੇ 12 ਤੇ ਚੱਪਲ ਬੜਾ ਵਧੀਆ ਬੜਾ ਸੋਹਣਾ ਦਿੱਤਾ।